ਨਮਸਤੇ ਤਾਂ ਹਿਮਾਚਲੀ ਫੂਡੀ ਕੁਇਨ ਤੇ ਤੁਹਾਡਾ ਬੜਾ ਬੜਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਣਾ ਲੱਗੀ ਹਾਂ ਕਿ ਕਰਾਲੀ ਦੇ ਆ ਫੁੱਲਾਂ ਦੇ ਪਕੌੜੇ ਕਿਹਾਂ ਬਣਦੇ ਬੜੇ ਆਸਾਨ ਹੁੰਦੇ ਸਿੰਪਲ ਤਰੀਕੇ ਨੇ ਬਣਦੇ ਕਨ ਕਿਈ ਲੋਕ ਜਿਹੜਾ ਇਸ ਦੇ ਕਤਲੂ ਵੀ ਬਣਾਉਂਦੇ ਤਾਂ ਫੁੱਲ ਲਈ ਲੈਣੇ ਕਨ ਇਸ ਤੇ ਜਿਹੜਾ ਬੇਸਣ ਗੋਲ ਹੀ ਲੈਣਾ ਕਨ ਇਸ ਬਾਅਦ ਸਾਰੇ ਮਸਾਲੇ ਜਿਹੜਾ ਨੋਰਮਲ ਹੁੰਦੇ ਜੀਰਾ ਧਨੀਆ ਮੇਥੀ ਕਨ ਨੂਨ ਸਵਾਦ ਦੇ ਅਨੁਸਾਰ ਪਾਈ ਲੈਣਾ ਕਨ ਇਸੇ ਉਛાળ ਕਰੀ ਨਾ ਜਿਹ ਹੈ ਗੋਲੀ ਲੈਣਾ ਗੋਲਨੇ ਤੇ ਬਾ ਜਿਹੜਾ ਐਸ ਹੈ ਇਸਦੇ ਗੋਲ ਬਣਿਆਣਾ ਫਿਰ ਪਕੌੜੇ ਬਣਾ ਲੈ ਤੇ ਬੜੇ ਸਾਨ ਹੁੰਦੇ ਬਣਾੜਾ ਤੇ ਚੱਲਾ ਅੱਜ ਇਸ ਬਲੌਗ ਤੇ ਮੈਂ ਤੁਹਾਨੂੰ ਦੱਸਣਾ ਹੈ ਕਿ ਇਹ ਪਕੌੜੇ ਕਿੰਨਾਂ ਬਣਾਉਂਦੇ ਨੇ ਕਨੇ ਕੋਨੀ ਕੋਨੀ ਖਾਈ ਲੈਸ ਐ ਤੁਹਾਨੂੰ ਦੱਸੀ ਲੈਣੇ ਕਿਉਂਕਿ ਕਰਾਲੀ ਦੇ ਜਿਹੜਾ ਪਕੌੜੇ ਹੁੰਦੇ ਨਾ ਸਹਿ ਹਰ ਕੋਈ ਮਾਂਚਦੀ ਜਿਹੜਾ ਖਾਣਾ ਪਸੰਦ ਕਰਦਾ ਕਿਉਂਕਿ ਸੀਜ਼ਨੇ ਚ ਇੱਕ ਹੀ ਸਬਜੀ ਮਿਲਦੀ ਤਾਂ ਖਾਣਾ ਪਸੰਦ ਕਰਦਾ ਕਨੇ ਸਿਰਫ ਇਹ ਮਹੀਨੇ ਦੀ ਗੱਲ ਹੁੰਦੀ ਕਿ ਮਹੀਨੇ ਜੀ ਇਹ ਜਿਹੜਾ ਹੈ ਨਾ ਸਹਿ ਕਰਾਲੀ ਫੁੱਲ ਜਿਹੜਾ ਹੈ ਖਿੱਲੀ ਨੇ ਜੜੀ ਵੀ ਆਂਦਾ ਹੈ ਬੜਾ ਨਾਜ਼ੁਕ ਦੇ ਆਏ ਫੁੱਲ ਹੁੰਦਾ ਕਹਿੰਦਾ ਹੈ ਕਈ ਗੁਣਾ ਤੇ ਭਰਪੂਰ ਹੁੰਦਾ ਅੱਜ ਕੱਲ ਕੁਛ ਇਹ ਦਈਆਂ ਸਬਜ਼ੀਆਂ ਰਹੀਆਂ ਜਿਹੜਾ ਕਿ ਸਪਰੇਆਂ ਬਗੈਰ ਹਨ ਤੇ ਇਹ ਦੇਖੀ ਲਿਆ ਹਾਂ ਗਰਮ ਤੇਲੇ ਜਿਹੜਾ ਨਾ ਹੈ ਗਰਮਾ ਗਰਮ ਪਕੌੜੇ ਜਿਹੜਾ ਹੈ ਤਲੀ ਲੈਣੇ ਨਾ ਕਹਿੰ ਤਲਨੇ ਤੇ ਬਾਅਦ ਜਿਹੜਾ ਐਸਾ ਹਾਂ ਖਾਈ ਲੈਣੇ ਨਾ ਤਾਂ ਤੁਹਾਂ ਵੀ ਦਿਖਣਾ ਤੁਹਾਂ ਦੇ ਮੂੰਹ ਵਿੱਚ ਪਾਣੀ ਆਉਣਾ ਹੈ ਕਿਉਂਕਿ ਹੁੰਦੇ ਹੀ ਇਤਨੇ ਸਵਾਦ ਹੈ ਕਰਾਲੀ ਦੇ ਪਕੌੜੂ ਕੰਨ ਅਗਰ ਥੁਆ ਕਤੜੂ ਬਣਾਉਣਾ ਚਾਹਨ ਘਟ ਫਰਾਈ ਘਟ ਖਾਂਦੇ ਹੋਂ ਤਾਂ ਥੋੜੇ ਤੇਲੇ ਚ ਵੀ ਥੁਆ ਤੋਏ ਚੀ ਸੀਓ ਫਰਾਈ ਕਰੀ ਸਕਦੇ ਨੇ ਫਰਾਈ ਨੇ ਮਤਲਬ ਹਲਕੇ ਹਲਕੇ ਤੇਲੇ ਜਿਹੜਾ ਅਸ ਹੈ ਕਤੜੂਆਂ ਹਾਂ ਹੀ ਬਣਾਈ ਸਕਦੇ ਨੇ ਤੇ ਇਹ ਲਿਆ ਗਰਮਾ ਗਰਮ ਫੁੱਲਾ ਦੇ ਪਕੌੜੇ ਬਣੀ ਨੇ ਤਿਆਰ ਹੈ ਨਾ ਬੜੇ ਸਿੰਪਲ ਤਰੀਕੇ ਨੇ ਕੰਨ ਚਲਾ ਹੁਣ ਖਾਈ ਲੈਂਦੇ ਨੇ ਕੰਨ ਥੁਆ ਤਾਂ ਮੈਂ ਕਿਆ ਗਲਤ ਹੋਇਆ ਆਇਆ ਖਾਈ ਲਿਆ ਨਹੀਂ ਮੈਂ ਨਹੀਂ ਬੋਲੀ ਸਕਦੀ ਕਿਉਂਕਿ ਥਾ ਉਹਣਾ ਵੀ ਨਹੀਂ ਕੰਨ ਹੈ ਮੈਂ ਦੇਣੇ ਵੀ ਨਹੀਂ ਥੋੜੇ ਦੇ ਵੜਾਏ ਹੋ ਤਾਂ ਥੋ ਦਿਖਾ ਕੇ ਮੈਂ ਖਾਈ ਲੈਂਦੀ ਕਨੇ ਮਿਲਦੇ ਨੋਏ ਬਲੌਗੇ ਜੇ ਤਾਲੂ ਤੱਕ ਬਾਏ ਬਾਏ ਅਗਰ ਥੋਏ ਮੇਰੇ ਬਲੌਗ ਖਰੇ ਲੱਗਦੇ ਹੋਗੇ ਨਾ ਤਾਂ ਲਾਈਕ ਕਰਨੇ ਕਮੈਂਟ ਕਰਨੇ ਹੋ ਕਨੇ ਵੀਡੀਓ ਜਿਆਦਾ ਤੇ ਜ਼ਿਆਦਾ ਸ਼ੇਅਰ ਕਰਨੇ ਵੈਸੇ ਸਾ ਇਹਨਾਂ ਪਕੌੜਿਆਂ ਚਟਣੀਆਂ ਨੇ ਖਾਣੇ ਦਾ ਵੀ ਮਜ਼ਾ ਆਉਂਦਾ ਕਨੇ ਅਗਰ ਚਟਣੀ ਨਹੀਂ ਬਣੀ ਪਾਇ ਤਾਂ ਸੋਸ ਨੇ ਵੀ ਖਾਈ ਸਕਦੇ ਨਾ ਤਾਂ ਮੈਂ ਲੱਗੀ ਖਾਣਾ ਕਨੇ ਮਿਲਦੇ ਥੋਗਾ ਨਾ ਨੋਏ ਬਲੌਗੇ ਸਾਲੂ ਤੱਕ ਬਾਏ ਬਾਏ ਕਰਾਲੀਂ ਦੇ ਫੁੱਲਾਂ ਦਾ ਰੰਗ ਵੀ ਬੜਾ ਛੈੜ ਲੱਗਦਾ ਮਿੰਜਤ ਦਿਖਾਵਾ ਲੱਗਦੇ ਹੀ ਛਾਲ ਰੰਗ ਹੁੰਦਾ ਹੈ ਕੁਦਰਤ ਦੀਆਂ ਵੀ ਕਿਹੜਾ ਕਿਹੜੀਆਂ ਚੀਜ਼ਾਂ ਨਾ ਨੇਕ ਬਨੇ ਕੇ ਰੰਗ ਬਿਰੰਗੇ ਫੁੱਲ ਜਿਹੜਾ ਨਸੈ ਖਿਲਦੇ ਨਾ ਇਸ ਸੀਜ਼ਨੇ ਚ ਤਾਂ ਦੇਖੀ ਲਿਆ ਕਚੀਆਂ ਕਰਾਲਿੰਦੀਆਂ ਸਬਜ਼ੀ ਬਣੀ ਆਂਦੀ ਐ ਕਲੀਆਂ ਦੀਆਂ ਫੁੱਲਾਂ ਦੇ ਪਕੌੜੇ ਬਣੇ ਆਂਦੇ ਨੇ ਕਹਨੇ ਲੱਗਾ ਤੇ ਵੀ ਛੈਲ ਅਗਰ ਪੂਰਾ ਸਾਲ ਇਸ ਦਾ ਆਨੰਦ ਲੈਣਾ ਹੈ ਤਾਂ ਕਰਾਲੀਂ ਦਾ ਚਾਰ ਬਣੀ ਆਣਾ ਹੈ ਕਨ ਅਗਰ ਚਾਰ ਧਾਨੀ ਬਣਾਈ ਪਾਉਂਦੇ ਹੋਗੇ ਤਾਂ ਮੰਜੇ ਤੇ ਵੀ ਲੈ ਸਕਦੇ ਨਾ ਕੁਛ ਦਿਨਾਂ ਚ ਮੇਰਾ achar ਵੀ ਬਣੀ ਨੇ ਤਿਆਰ ਹੋ ਜਾਣਾ ਹੈ